ਵਿਪਲ, ਤੁਹਾਡੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਕਰਕੇ ਤੁਹਾਨੂੰ ਅਰੈਸਟ ਕੀਤਾ ਗਿਆ, ਕੀ ਮਾਮਲਾ ਕੀ ਸੀ? ਸਰ ਫਾਲਤੀ ਮਾਮਲਾ ਜੀ ਸੀ ਸਰ, ਮੈਨੂੰ ਗੁੱਸੇ ਜਾ ਕੇ ਗਲਤ ਬੋਲ ਲਿਆ, ਇਸ ਲਈ ਮੈਂ ਸੌਰੀ ਬੋਲ। ਕਿਉਂ ਤੁਹਾਡੇ ਘਰੇ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਚਿੱਟਾ ਜਿਵੇਂ ਤੁਸੀਂ ਕਹਿ ਰਹੇ ਹੋ? ਮੇਰਾ ਬ੍ਰਦਰ ਪੀਂਦਾ, ਸਾਡੇ ਘਰੇ ਬਿਲਕੁਲ ਵੀ ਚਿੱਟਾ ਵੇਚਣ ਵੂਚਣ ਦਾ ਕੋਈ ਜਾਣਦਾ ਨਹੀਂ। ਤੁਸੀਂ ਤਾਂ ਉਹਦੇ 'ਚ ਕਹਿ ਰਹੇ ਹੋ ਵੀ ਸੀਐਮ ਸਾਹਿਬ ਵੀ ਆ ਜਾਣ ਤਾਂ ਵੀ ਮੇਰਾ ਕੋਈ ਕੁਝ ਨਹੀਂ ਹੋ ਜਾਂਦਾ? ਇਸ ਤਰ੍ਹਾਂ ਗੱਲ ਹੋਈ ਨਾ, ਸਾਡਾ ਪਹਿਲਾਂ ਫੈਸਲਾ ਸੀ, ਮੁੰਡੇ ਇਹਨਾਂ ਨੇ ਬੈਰੋਕਾਂ ਦੇ ਚੱਕੇ ਸੀਗੇ, ਉਹਨਾਂ ਤੋਂ ਮੇਰਾ ਜ਼ਬਰਦਸਤੀ ਨਾਂ ਸਾਡੇ ਪਿੰਡ ਵਾਲੇ ਕਹਾਉਂਦੇ ਸੀ। ਉਹ ਤੋਂ ਬਾਅਦ 12:00 ਵਜੇ ਸਾਡਾ ਫੈਸਲਾ ਹੋਇਆ ਸੀ, ਇਹਨਾਂ ਨੇ ਮੈਨੂੰ ਚਾਹ ਪਾਣੀ ਵੀ ਪਾਇਆ, ਇਹਨਾਂ ਨੇ ਮੁੜ ਕੇ ਮਤਲਬ ਕਿ ਪਾਰਟੀ ਵਾਲੇ ਤੌਰ 'ਤੇ ਮੈਨੂੰ ਇਹਨਾਂ ਨੇ ਫੋਨ ਲਾ ਲਿਆ। ਫੋਨ ਲਾ ਕੇ ਪਹਿਲਾਂ ਜਦੋਂ ਮੈਂ ਵਧੀਆ ਇਹਨਾਂ ਨਾਲ ਗੱਲ ਕਰੀ ਗਈ ਹਾਂ, ਇਹ ਮੈਨੂੰ ਜਲਦੀ ਬੋਲੀ ਹੈ ਕਿ ਅਸੀਂ ਤੇਰੇ ਨਾਲ ਇਸ ਤਰ੍ਹਾਂ ਕਰਾਂਗੇ, ਅਸੀਂ ਐਂ ਕਰਾਂਗੇ, ਵੀ ਨਸ਼ਾ ਕੌਣ ਕੌਣ ਕਰਦਾ ਮਤਲਬ। ਮੈਂ ਕਿਹਾ ਵੀ ਆਪਣੇ ਪਿੰਡ ਸਾਰੇ ਕਰੀ ਜਾਂਦੇ ਆ, ਮੈਂ ਕਹੀ ਇਹ ਗੱਲ ਸ਼ਰਾਬ ਪਾਈ ਹੈ ਲੋਕਾਂ ਦੇ, ਗਾਂਜਾ ਵਿਕਦਾ ਵਾ, ਮੈਂ ਕਿਹਾ ਵੀ ਨਸ਼ੇ ਵਾਲੇ ਚੱਕੋ ਸਾਰੇ ਚੱਕੋ, ਮੁੜ ਕੇ ਸਾਡਾ ਭਰਾ ਵੀ ਛੱਡ ਜੂਗਾ, ਸਾਡਾ ਵੀ 50,000 ਰੁਪਏ ਦਾ ਨੁਕਸਾਨ। ਪਰ ਤੁਸੀਂ ਆਡੀਓ 'ਚ ਤਾਂ ਇਹੀ ਕੋਈ ਗੱਲ ਨਹੀਂ ਜੀ, ਉਹਨਾਂ ਨੇ ਉਸ ਤਰ੍ਹਾਂ ਕੀਤੀ ਨਹੀਂ, ਉਦੋਂ ਰਿਕਾਰਡਿੰਗ ਨਹੀਂ ਕੀਤੀ ਵੀ, ਪਹਿਲਾਂ ਗੱਲ ਮੇਰੀ ਕਾਫੀ ਟਾਈਮ ਹੁਣ ਬੱਚੇ ਨਾਲ ਹੋਈ, ਉਸਨੇ ਜਦੋਂ ਮੈਨੂੰ ਗੁੱਸਾ ਉਹਨਾਂ ਨੇ ਚੜਾਤਾ, ਉਹ ਤੋਂ ਬਾਅਦ ਇਹਨਾਂ ਨੇ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ। ਆਡੀਓ ਦੇ ਵਿੱਚ ਤਾਂ ਤੁਸੀਂ ਕਾਫੀ ਧਮਕੀਆਂ ਵਗੈਰਾ ਦੇ ਰਹੇ ਹੋ। ਧਮਕੀਆਂ ਜੀ, ਪਹਿਲਾਂ ਇਹਨਾਂ ਨੇ ਮੈਨੂੰ ਫੋਕੀਆਂ ਧਮਕੀਆਂ ਦਿੱਤੀਆਂ, ਮੇਰੀ ਰਿਕਾਰਡਿੰਗ ਨਹੀਂ ਕੀਤੀ, ਇਹ ਗੱਲ ਸਾਡੀ ਸੁਬਹਾ 7 ਵਜੇ ਚੱਲਣ ਲੱਗੀ ਸੀ ਪਿੰਡ ਦੇ ਬੰਦਿਆਂ ਨਾਲ, ਫਿਰ ਉਹ ਬੈਰੋਕਾਂ ਦੇ ਮੁੰਡੇ ਸਿਰ ਮੈਂ ਲੈ ਕੇ ਗਏ ਸੀ, ਉਹ ਕਹਿੰਦੇ ਮਾਤਾ ਅਸੀਂ ਤੇਰਾ ਨਾਂ ਨਹੀਂ ਲਿਆਗਾ, ਨਾ ਸਾਨੂੰ ਪਤਾ ਨਾ ਤੈਨੂੰ ਜਾਣਦੇ ਹਾਂ, ਤੂੰ ਛੋਟੇ ਪਿੰਡ ਦਾ ਧੰਨਾ ਸ਼ਬਦ ਬੋਲਦਾ, ਤੇਰਾ ਨਾਮ ਧੰਨਾ ਲੈਂਦਾ, ਪਾਰਟੀ ਵਾਲੀ ਦਾ ਕਰਕੇ ਸਰ ਉਹਨਾਂ ਨੇ ਮੈਨੂੰ ਭੜਕਾ ਤਾ, ਮੈਨੂੰ ਗੁੱਸੇ 'ਚ ਸੌਰੀ ਉਹਦੇ ਲਈ ਬੋਲਦੀ, ਮੈਂ ਤਾਂ ਗਲਤ ਬੋਲਿਆ, ਪਰ ਮੇਰਾ ਚਿੱਤਾ ਵੇਚਣ ਨਾਲ ਕੋਈ ਜਾਣਦੇ ਨਹੀਂ। ਹਾਂਜੀ ਮੈਂ ਮੰਨਦੀ ਗਲਤੀ ਹੋ ਗਈ, ਮੈਥੋਂ ਗਲਤ ਸ਼ਬਦ ਬੋਲਿਆ ਗਿਆ, ਇਹਦੀ ਮੈਂ ਗਲਤੀ ਮੰਨਦੀ ਹਾਂ, ਮੈਥੋਂ ਗਲਤ 'ਚ ਬੋਲਿਆ ਗਿਆ, ਮਾਫ਼ੀ ਮੰਗਦੀ। ਵਿਪਲ, ਤੁਹਾਡੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਕਰਕੇ ਤੁਹਾਨੂੰ ਅਰੈਸਟ ਕੀਤਾ ਗਿਆ, ਕੀ ਮਾਮਲਾ ਕੀ ਸੀ? ਸਰ ਪਾਰਟੀ ਮਾਮਲਾ ਜੀ ਸੀ ਸਰ, ਮੈਨੂੰ ਗੁੱਸੇ ਜਾ ਕੇ ਗਲਤ ਬੋਲ ਲਿਆ, ਇਸ ਲਈ ਮੈਂ ਸੌਰੀ ਬੋਲ। ਕਿਉਂ ਤੁਹਾਡੇ ਘਰੇ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਚਿੱਟਾ ਜਿਵੇਂ ਤੁਸੀਂ ਕਹਿ ਰਹੇ ਹੋ? ਮੇਰਾ ਬ੍ਰਦਰ ਪੀਂਦਾ, ਸਾਡੇ ਘਰੇ ਬਿਲਕੁਲ ਵੀ ਚਿੱਟਾ ਵੇਚਣ ਵੂਚਣ ਦਾ ਕੋਈ ਜਾਣਦਾ ਨਹੀਂ। ਤੁਸੀਂ ਤਾਂ ਉਹਦੇ 'ਚ ਕਹਿ ਰਹੇ ਹੋ ਵੀ ਸੀਐਮ ਸਾਹਿਬ ਵੀ ਆ ਜਾਣ ਤਾਂ ਵੀ ਮੇਰਾ ਕੋਈ ਕੁਝ ਨਹੀਂ ਹੋ ਜਾਂਦਾ? ਇਸ ਤਰ੍ਹਾਂ ਗੱਲ ਹੋਈ ਨਾ, ਸਾਡਾ ਪਹਿਲਾਂ ਫੈਸਲਾ ਸੀ, ਮੁੰਡੇ ਇਹਨਾਂ ਨੇ ਬੈਰੋਕਾਂ ਦੇ ਚੱਕੇ ਸੀਗੇ, ਉਹਨਾਂ ਤੋਂ ਮੇਰਾ ਜ਼ਬਰਦਸਤੀ ਨਾਂ ਸਾਡੇ ਪਿੰਡ ਵਾਲੇ ਕਹਾਉਂਦੇ ਸੀ। ਉਹ ਤੋਂ ਬਾਅਦ 12:00 ਵਜੇ ਸਾਡਾ ਫੈਸਲਾ ਹੋਇਆ ਸੀ, ਇਹਨਾਂ ਨੇ ਮੈਨੂੰ ਚਾਹ ਪਾਣੀ ਵੀ ਪਾਇਆ, ਇਹਨਾਂ ਨੇ ਮੁੜ ਕੇ ਮਤਲਬ ਕਿ ਪਾਰਟੀ ਵਾਲੇ ਤੌਰ 'ਤੇ ਮੈਨੂੰ ਇਹਨਾਂ ਨੇ ਫੋਨ ਲਾ ਲਿਆ। ਫੋਨ ਲਾ ਕੇ ਪਹਿਲਾਂ ਜਦੋਂ ਮੈਂ ਵਧੀਆ ਇਹਨਾਂ ਨਾਲ ਗੱਲ ਕਰੀ ਗਈ ਹਾਂ, ਇਹ ਮੈਨੂੰ ਜਲਦੀ ਬੋਲੀ ਹੈ ਕਿ ਅਸੀਂ ਤੇਰੇ ਨਾਲ ਇਸ ਤਰ੍ਹਾਂ ਕਰਾਂਗੇ, ਅਸੀਂ ਐਂ ਕਰਾਂਗੇ, ਵੀ ਨਸ਼ਾ ਕੌਣ ਕੌਣ ਕਰਦਾ ਮਤਲਬ। ਮੈਂ ਕਿਹਾ ਵੀ ਆਪਣੇ ਪਿੰਡ ਸਾਰੇ ਕਰੀ ਜਾਂਦੇ ਆ, ਮੈਂ ਕਹੀ ਇਹ ਗੱਲ ਸ਼ਰਾਬ ਪਾਈ ਹੈ ਲੋਕਾਂ ਦੇ, ਗਾਂਜਾ ਵਿਕਦਾ ਵਾ, ਮੈਂ ਕਿਹਾ ਵੀ ਨਸ਼ੇ ਵਾਲੇ ਚੱਕੋ ਸਾਰੇ ਚੱਕੋ, ਮੁੜ ਕੇ ਸਾਡਾ ਭਰਾ ਵੀ ਛੱਡ ਜੂਗਾ, ਸਾਡਾ ਵੀ 50,000 ਰੁਪਏ ਦਾ ਨੁਕਸਾਨ। ਪਰ ਤੁਸੀਂ ਆਡੀਓ 'ਚ ਤਾਂ ਇਹੀ ਕੋਈ ਗੱਲ ਨਹੀਂ ਜੀ, ਉਹਨਾਂ ਨੇ ਉਸ ਤਰ੍ਹਾਂ ਕੀਤੀ ਨਹੀਂ, ਉਦੋਂ ਰਿਕਾਰਡਿੰਗ ਨਹੀਂ ਕੀਤੀ ਵੀ, ਪਹਿਲਾਂ ਗੱਲ ਮੇਰੀ ਕਾਫੀ ਟਾਈਮ ਹੁਣ ਬੱਚੇ ਨਾਲ ਹੋਈ, ਉਸਨੇ ਜਦੋਂ ਮੈਨੂੰ ਗੁੱਸਾ ਉਹਨਾਂ ਨੇ ਚੜਾਤਾ, ਉਹ ਤੋਂ ਬਾਅਦ ਇਹਨਾਂ ਨੇ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ। ਆਡੀਓ ਦੇ ਵਿੱਚ ਤਾਂ ਤੁਸੀਂ ਕਾਫੀ ਧਮਕੀਆਂ ਵਗੈਰਾ ਦੇ ਰਹੇ ਹੋ। ਧਮਕੀਆਂ ਜੀ, ਪਹਿਲਾਂ ਇਹਨਾਂ ਨੇ ਮੈਨੂੰ ਫੋਕੀਆਂ ਧਮਕੀਆਂ ਦਿੱਤੀਆਂ, ਮੇਰੀ ਰਿਕਾਰਡਿੰਗ ਨਹੀਂ ਕੀਤੀ, ਇਹ ਗੱਲ ਸਾਡੀ ਸੁਬਹਾ 7 ਵਜੇ ਚੱਲਣ ਲੱਗੀ ਸੀ ਪਿੰਡ ਦੇ ਬੰਦਿਆਂ ਨਾਲ, ਫਿਰ ਉਹ ਬੈਰੋਕਾਂ ਦੇ ਮੁੰਡੇ ਸਿਰ ਮੈਂ ਲੈ ਕੇ ਗਏ ਸੀ, ਉਹ ਕਹਿੰਦੇ ਮਾਤਾ ਅਸੀਂ ਤੇਰਾ ਨਾਂ ਨਹੀਂ ਲਿਆਗਾ, ਨਾ ਸਾਨੂੰ ਪਤਾ ਨਾ ਤੈਨੂੰ ਜਾਣਦੇ ਹਾਂ, ਤੂੰ ਛੋਟੇ ਪਿੰਡ ਦਾ ਧੰਨਾ ਸ਼ਬਦ ਬੋਲਦਾ, ਤੇਰਾ ਨਾਮ ਧੰਨਾ ਲੈਂਦਾ, ਪਾਰਟੀ ਵਾਲੀ ਦਾ ਕਰਕੇ ਸਰ ਉਹਨਾਂ ਨੇ ਮੈਨੂੰ ਭੜਕਾ ਤਾ, ਮੈਨੂੰ ਗੁੱਸੇ 'ਚ ਸੌਰੀ ਉਹਦੇ ਲਈ ਬੋਲਦੀ, ਮੈਂ ਤਾਂ ਗਲਤ ਬੋਲਿਆ, ਪਰ ਮੇਰਾ ਚਿੱਤਾ ਵੇਚਣ ਨਾਲ ਕੋਈ ਜਾਣਦੇ ਨਹੀਂ। ਹਾਂਜੀ ਮੈਂ ਮੰਨਦੀ ਗਲਤੀ ਹੋ ਗਈ, ਮੈਥੋਂ ਗਲਤ ਸ਼ਬਦ ਬੋਲਿਆ ਗਿਆ, ਇਹਦੀ ਮੈਂ ਗਲਤੀ ਮੰਨਦੀ ਹਾਂ, ਮੈਥੋਂ ਗਲਤ 'ਚ ਬੋਲਿਆ ਗਿਆ, ਮਾਫ਼ੀ ਮੰਗਦੀ। ਵਿਪਲ, ਤੁਹਾਡੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਕਰਕੇ ਤੁਹਾਨੂੰ ਅਰੈਸਟ ਕੀਤਾ ਗਿਆ, ਕੀ ਮਾਮਲਾ ਕੀ ਸੀ? ਸਰ ਪਾਰਟੀ ਮਾਮਲਾ ਜੀ ਸੀ ਸਰ, ਮੈਨੂੰ ਗੁੱਸੇ ਜਾ ਕੇ ਗਲਤ ਬੋਲ ਲਿਆ, ਇਸ ਲਈ ਮੈਂ ਸੌਰੀ ਬੋਲ। ਕਿਉਂ ਤੁਹਾਡੇ ਘਰੇ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਚਿੱਟਾ ਜਿਵੇਂ ਤੁਸੀਂ ਕਹਿ ਰਹੇ ਹੋ? ਮੇਰਾ ਬ੍ਰਦਰ ਪੀਂਦਾ, ਸਾਡੇ ਘਰੇ ਬਿਲਕੁਲ ਵੀ ਚਿੱਟਾ ਵੇਚਣ ਵੂਚਣ ਦਾ ਕੋਈ ਜਾਣਦਾ ਨਹੀਂ। ਤੁਸੀਂ ਤਾਂ ਉਹਦੇ 'ਚ ਕਹਿ ਰਹੇ ਹੋ ਵੀ ਸੀਐਮ ਸਾਹਿਬ ਵੀ ਆ ਜਾਣ ਤਾਂ ਵੀ ਮੇਰਾ ਕੋਈ ਕੁਝ ਨਹੀਂ ਹੋ ਜਾਂਦਾ? ਨਹੀਂ, ਇਸ ਤਰ੍ਹਾਂ ਗੱਲ ਹੋਈ ਨਾ, ਸਾਡਾ ਪਹਿਲਾਂ ਫੈਸਲਾ ਸੀ, ਮੁੰਡੇ ਇਹਨਾਂ ਨੇ ਬੈਰੋਕਾਂ ਦੇ ਚੱਕੇ ਸੀਗੇ, ਉਹਨਾਂ ਤੋਂ ਮੇਰਾ ਜ਼ਬਰਦਸਤੀ ਨਾਂ ਸਾਡੇ ਪਿੰਡ ਵਾਲੇ ਕਹਾਉਂਦੇ ਸੀ। ਉਹ ਤੋਂ ਬਾਅਦ 12:00 ਵਜੇ ਸਾਡਾ ਫੈਸਲਾ ਹੋਇਆ ਸੀ, ਇਹਨਾਂ ਨੇ ਮੈਨੂੰ ਚਾਹ ਪਾਣੀ ਵੀ ਪਾਇਆ, ਇਹਨਾਂ ਨੇ ਮੁੜ ਕੇ ਮਤਲਬ ਕਿ ਪਾਰਟੀ ਵਾਲੇ ਤੌਰ 'ਤੇ ਮੈਨੂੰ ਇਹਨਾਂ ਨੇ ਫੋਨ ਲਾ ਲਿਆ।
ਫੋਨ ਲਾ ਕੇ ਪਹਿਲਾਂ ਜਦੋਂ ਮੈਂ ਵਧੀਆ ਇਹਨਾਂ ਨਾਲ ਗੱਲ ਕਰੀ ਗਈ ਹਾਂ, ਇਹ ਮੈਨੂੰ ਜਲਦੀ ਬੋਲੀ ਹੈ ਚਾਚੀ ਤੇਰੇ ਨਾਲ ਇਸ ਤਰ੍ਹਾਂ ਕਰਾਂਗੇ, ਅਸੀਂ ਐਂ ਕਰਾਂਗੇ, ਵੀ ਨਸ਼ਾ ਕੌਣ ਕੌਣ ਕਰਦਾ, ਮਤਲਬ ਮੈਂ ਕਿਹਾ ਵੀ ਆਪਣੇ ਪਿੰਡ ਸਾਰੇ ਕਰੀ ਜਾਂਦੇ ਆ, ਮੈਂ ਕਹੀ ਇਹ ਗੱਲ ਸ਼ਰਾਬ ਪਾਈ ਹੈ ਲੋਕਾਂ ਦੇ, ਗਾਂਜਾ ਵਿਕਦਾ ਵਾ, ਮੈਂ ਕਿਹਾ ਵੀ ਨਸ਼ੇ ਵਾਲੇ ਚੱਕੋ ਸਾਰੇ ਚੱਕੋ, ਮੁੜ ਕੇ ਸਾਡਾ ਭਰਾ ਵੀ ਛੱਡ ਜੂਗਾ, ਸਾਡਾ ਵੀ 50,000 ਰੁਪਏ ਦਾ ਨੁਕਸਾਨ ਹੋਣਾ। ਪਰ ਤੁਸੀਂ ਆਡੀਓ 'ਚ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਜੀ, ਉਹਨਾਂ ਨੇ ਉਸ ਤਰ੍ਹਾਂ ਕੀਤੀ ਨਹੀਂ, ਉਦੋਂ ਰਿਕਾਰਡਿੰਗ ਨਹੀਂ ਕੀਤੀ ਵੀ, ਪਹਿਲਾਂ ਗੱਲ ਮੇਰੀ ਕਾਫੀ ਟਾਈਮ ਉਹ ਬੱਚੇ ਨਾਲ ਹੋਈ, ਉਸਨੇ ਜਦੋਂ ਮੈਨੂੰ ਗੁੱਸਾ ਉਹਨਾਂ ਨੇ ਚੜਾਤਾ, ਉਸ ਤੋਂ ਬਾਅਦ ਇਹਨਾਂ ਨੇ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ। ਆਡੀਓ ਦੇ ਵਿੱਚ ਤਾਂ ਤੁਸੀਂ ਕਾਫੀ ਧਮਕੀਆਂ ਵਗੈਰਾ ਦੇ ਰਹੇ ਹੋ। ਧਮਕੀਆਂ ਜੀ, ਪਹਿਲਾਂ ਇਹਨਾਂ ਨੇ ਮੈਨੂੰ ਫੋਕੀਆਂ ਧਮਕੀਆਂ ਦਿੱਤੀਆਂ, ਮੇਰੀ ਰਿਕਾਰਡਿੰਗ ਨਹੀਂ ਕੀਤੀ, ਇਹ ਗੱਲ ਸਾਡੀ ਸੁਬਾਹ 7 ਵਜੇ ਚੱਲਣ ਲੱਗੀ ਸੀ ਪਿੰਡ ਦੇ ਬੰਦਿਆਂ ਨਾਲ, ਫਿਰ ਉਹ ਮੈਰੋਕਾਂ ਦੇ ਮੁੰਡੇ ਸਿਰ ਮੈਂ ਲੈ ਕੇ ਗਏ ਸੀ, ਉਹ ਕਹਿੰਦੇ ਮਾਤਾ ਅਸੀਂ ਤੇਰਾ ਨਾਂ ਨਹੀਂ ਲਿਆ ਹੈਗਾ, ਨਾ ਸਾਨੂੰ ਪਤਾ, ਨਾ ਤੈਨੂੰ ਜਾਣਦੇ ਹਾਂ, ਤੂੰ ਛੋਟੇ ਪਿੰਡ ਦਾ ਧੰਨਾ ਸ਼ਬਦ ਬੋਲਦਾ, ਤੇਰਾ ਨਾਮ ਧੰਨਾ ਲੈਂਦਾ, ਪਾਲਟੀ ਬਾਜ਼ੀ ਦਾ ਕਰਕੇ ਸਰ ਉਹਨਾਂ ਨੇ ਭੜਕਾਤਾ ਮੈਨੂੰ ਗੁੱਸੇ 'ਚ, ਸੋਰੀ ਉਹਦੇ ਲਈ ਬੋਲਦੀ, ਮੈਨੂੰ ਤਾਂ ਗਲਤ ਬੋਲਿਆ, ਪਰ ਮੇਰਾ ਚਿੱਤਾ ਵੇਚਣ ਨਾਲ ਕੋਈ ਜਾਣਦੇ ਨਹੀਂ। ਹਾਂਜੀ ਮੈਂ ਮੰਨਦੀ ਗਲਤੀ ਹੋ ਗਈ, ਮੈਂ ਤੋਂ ਗਲਤ ਸ਼ਬਦ ਬੋਲਿਆ ਗਿਆ, ਇਹਦੀ ਮੈਂ ਗਲਤੀ ਮੰਨਦੀ ਹਾਂ, ਮੈਂ ਤੋਂ ਗਲਤੀ 'ਚ ਬੋਲਿਆ ਗਿਆ, ਮਾਫ਼ੀ ਮੰਗਦੀ ਹਾਂ। ਬਿਲਕੁਲ, ਤੁਹਾਡੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਕਰਕੇ ਤੁਹਾਨੂੰ ਅਰੈਸਟ ਕੀਤਾ ਗਿਆ, ਕੀ ਮਾਮਲਾ ਕੀ ਸੀ? ਪਾਲਟੀ ਮਾਮਲਾ ਜੀ ਸੀ ਸਰ।